ਅਸਲਾਮੁਅਲੈਕਮ, ਸਤਿ ਸ਼੍ਰੀ ਅਕਾਲ ਜੀ ਦੋਸਤੋ। ਮੈਂ ਜ਼ੀਸ਼ਾਨ ਅਲੀ, ਟੂਰਿਸਟ ਮੈਂਟੋਰ ਚੈਨਲ ਦੀ ਤਰਫੋਂ ਇੱਕ ਦਫ਼ਾ ਫਿਰ ਇੱਕ ਨਵੇਂ ਟੌਪਿਕ ਦੇ ਨਾਲ। ਅੱਜ ਅਸੀਂ ਗੱਲ ਕਰਾਂਗੇ ਜਿਹੜੇ ਸਕਿੱਲ ਇੰਪਲੋਇਮੈਂਟ ਪਰਮਿਟ ਹੁੰਦੇ ਆ, ਸਪੈਸ਼ਲੀ ਮੈਂ ਸ਼ੈਨਗਨ ਦੇ ਬਾਰੇ ਗੱਲ ਕਰੂੰਗਾ ਅੱਜ। ਪੂਰੀ ਦੁਨੀਆ ਦੇ ਵਿੱਚ ਇਹ ਵੈਲ ਰੈਕਗਨਾਈਜ਼ ਆ। ਦੋ ਤਰ੍ਹਾਂ ਦੇ ਹੁੰਦੇ ਆ ਇਹ, ਇੱਕ ਹਾਈਲੀ ਸਕਿੱਲ ਇੰਪਲੋਇਮੈਂਟ ਪਰਮਿਟ ਹੁੰਦੇ ਆ, ਇੱਕ ਹੁੰਦੇ ਆ ਪ੍ਰਾਈਮਰੀ, ਜਿਹੜੇ ਥੋੜ੍ਹੇ ਸਨ ਦੀ ਹੈਸੀਅਤ ਦੇ ਹੁੰਦੇ ਆ, ਸੈਕੰਡਰੀ ਜਿਹਨੂੰ ਤੁਸੀਂ ਕਹਿ ਸਕਦੇ ਆ। ਜਿਹੜੇ ਹਾਈਲੀ ਸਕਿੱਲਡ ਇੰਪਲੋਇਮੈਂਟ ਪਰਮਿਟ ਹੁੰਦੇ ਆ ਨਾ, ਉਹਦੇ ਵਿੱਚ ਤੁਹਾਨੂੰ ਲੈਵਲ 8 ਚਾਹੀਦਾ, 7 ਜਾਂ 8। ਮੀਨ ਲੈ ਕੇ ਤੁਹਾਡੇ ਕੋਲ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਕਿਸੇ ਵੀ ਸ਼ੋਬੇ, ਕਿਸੇ ਵੀ ਆਪਣੇ ਸਬਜੈਕਟਸ ਦੇ ਵਿੱਚ। ਅਤੇ ਜਿਹੜੇ ਸਨ ਵੀ ਹੁੰਦੇ ਆ ਨਾ ਦੂਸਰੇ ਟਾਈਪ ਦੇ, ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਤਾਲੀਮ ਇਤਨੀ ਜ਼ਿਆਦਾ ਬੇਸ਼ੱਕ ਨਾ ਹੋਵੇ, ਲੇਕਿਨ ਤੁਹਾਡੇ ਕੋਲ ਸਕਿੱਲ ਜਿਹੜੀ ਆ ਉਹ ਬੜੀ ਹਾਈ ਹੋਣੀ ਚਾਹੀਦੀ ਹੈ। ਉਹ ਅੱਛਾ, ਅੱਜ ਅਸੀਂ ਉਹਦੇ ਬਾਰੇ ਗੱਲ ਕਰਾਂਗੇ, ਠੀਕ ਆ। ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕੁਐਸਟ ਆ ਕਿ ਅਗਰ ਵੀਡੀਓ ਪਸੰਦ ਆਵੇ ਇਹਨੂੰ ਲਾਈਕ, ਸ਼ੇਅਰ ਤਾਂ ਕਮੈਂਟ ਕਰਨਾ, ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ, ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਚਲੋ ਜੀ, ਅੱਜ ਦੇ ਟੌਪਿਕ ਦੀ ਤਰਫ ਚੱਲਦੇ ਹਾਂ। ਮੈਨੂੰ ਲਾਸਟ ਵੀਕ ਦੇ ਵਿੱਚ 37 ਮੈਸੇਜਿਸ ਤਾਂ ਕਾਲਸ ਆਈਆਂ ਵਾ, ਜਿਨ੍ਹਾਂ ਦੇ ਵਿੱਚੋਂ 90% ਪੀਪਲ ਜਿਹੜੇ ਸੀਗੇ ਨਾ ਮੇਰੇ, ਉਹ ਜਿਹੜੇ ਵਿਊਰਸ ਹੈਗੇ ਆ, ਜਿਹੜੇ ਮੇਰੇ ਯੂਟਿਊਬ ਚੈਨਲ ਦੇ ਸਬਸਕ੍ਰਾਈਬਰ ਆ, 90% ਪੀਪਲ ਜਿਹੜੇ ਆ ਉਹ ਅੰਡਰ ਮੈਟ੍ਰਿਕ ਸੀਗੇ। ਤਾਂ ਬਿਲਕੁਲ ਉਹ, ਉਹਨਾਂ ਨੂੰ ਅਗਰ ਪੁੱਛਣਾ ਸੀ ਕਿ ਕੋਈ ਸਕਿੱਲ ਹੈ ਤੁਹਾਡੇ ਕੋਲ, ਕੋਈ ਸਕਿੱਲ ਨਹੀਂ। ਦੋ ਬੰਦਿਆਂ ਦੇ ਕੋਲ ਜਿਹੜੇ ਡਰਾਈਵਿੰਗ ਜਾਣਦੇ ਸੀਗੇ, ਜਿਨ੍ਹਾਂ ਦੇ ਵਿੱਚੋਂ ਸਿਰਫ ਇੱਕ ਬੰਦੇ ਕੋਲ ਡਰਾਈਵਿੰਗ ਲਾਇਸੈਂਸ ਸੀਗਾ, ਉਹ ਬਲਵਿੰਦਰ ਸਿੰਘ ਆਈ ਬਿਲੀਵ ਕਿ ਇੰਡੀਆ ਤੋਂ। ਉਹ ਕਹਿੰਦੇ ਮੇਰੇ ਕੋਲ ਲਾਸਟ 7 ਈਅਰ ਤੋਂ ਡਰਾਈਵਿੰਗ ਲਾਇਸੈਂਸ ਆ। ਪਾਕਿਸਤਾਨੀ ਬੰਦੇ ਦੇ ਕੋਲ ਉਹ ਵੀ ਨਹੀਂ ਸੀਗਾ, ਲੇਕਿਨ ਉਹ ਗੱਡੀ ਚਲਾ ਰਹੇ ਸੀਗੇ। ਅੱਛਾ ਦੋਸਤੋ, ਤੁਸੀਂ ਇਮੈਜਿਨ ਕਰਕੇ ਦੇਖੋ ਕਿ ਮੈਂ ਅਗਰ ਅਨਐਜੂਕੇਟਡ ਪਰਸਨ ਹਾਂ ਤਾਂ ਮੇਰੇ ਕੋਲ ਸਕਿੱਲ ਵੀ ਕੋਈ ਨਹੀਂ, ਮੈਂ ਤੁਹਾਡੇ ਕੋਲ ਜੋਬ ਲੈਣ ਜਾਵਾਂ, ਤੁਸੀਂ ਜੋਬ ਦਿਓਗੇ? ਓਬਵੀਅਸਲੀ ਨਹੀਂ ਦਿਓਗੇ। ਅਤੇ ਅੱਜ ਤੁਸੀਂ ਮੇਰੇ ਨਾਲ ਇੱਕ ਵਾਅਦਾ ਕਰੋ ਕਿ ਅਗਰ ਤੁਸੀਂ 1 ਸਾਲ ਮੈਨੂੰ ਆਪਣੀ ਲਾਈਫ ਦਾ ਸੰਸੀਅਰ ਹੋ ਕੇ, ਆਪਣੀ ਅਗਰ ਤੁਸੀਂ ਲਾਈਫ ਨਾਲ ਸੰਸੀਅਰ ਹੋ, ਤੁਹਾਨੂੰ ਇਹ ਚੀਜ਼ਾਂ ਕਿਸੇ ਯੂਟਿਊਬਰ ਨੇ ਨਹੀਂ ਦੱਸਣੀਆਂ, ਕਿਉਂਕਿ ਬੜਾ ਰਾਅ ਇਹ ਸਬਜੈਕਟ ਹੈਗਾ ਵਾ, ਜਾਂ ਮੈਂ ਜਿਹੜੀ ਗੱਲ ਕਰ ਰਿਹਾ ਥੋੜ੍ਹੀ ਜਿਹੀ ਇਹ ਡਰਾਈ ਆ, ਇਹ ਹਜ਼ਮ ਜਲਦੀ ਸਾਰੇ ਬੰਦਿਆਂ ਨੂੰ ਨਹੀਂ ਹੁੰਦੀ। ਲੇਕਿਨ ਅਗਰ ਚਲੋ, ਕਿਉਂਕਿ ਦੋਸਤੋ ਮੈਂ ਕੋਈ ਮੋਟੀਵੇਸ਼ਨਲ ਸਪੀਕਰ ਤਾਂ ਹੈ ਨਹੀਂ ਆ, ਠੀਕ ਆ, ਕਿ ਲੇਕਿਨ ਚਲੋ ਮੈਂ ਕੋਸ਼ਿਸ਼ ਕਰਦਾ ਵਾਂ ਕਿ ਮੈਂ ਤੁਹਾਨੂੰ ਨਾ ਇਹਨੂੰ ਮੈਂ ਡਿਟੇਲ ਦੇ ਨਾਲ ਸਮਝਾ ਸਕਾਂ। ਤੁਸੀਂ ਅਗਰ ਮੈਨੂੰ 1 ਸਾਲ ਦੇ ਦਿਓ ਆਪਣੀ ਲਾਈਫ ਦਾ, ਤਾਂ ਮੈਂ ਤੁਹਾਨੂੰ ਵਾਅਦਾ ਤੁਹਾਨੂੰ ਕਰਦਾ, ਤੁਹਾਨੂੰ ਜੋਬ ਵੀ ਮੈਂ ਲੱਭ ਕੇ ਦੇਵਾਂਗਾ ਇਨਸ਼ਾਅੱਲਾ, ਅੱਲਾ ਦੇ ਹੁਕਮ ਦੇ ਨਾਲ। ਤੁਸੀਂ ਆਪਣੀ ਸਿਰਫ ਲਾਈਫ ਨਾਲ ਸੰਸੀਅਰ ਰਹੋ, ਮੇਰੇ ਕਹਿਣ ਦੇ ਉੱਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿ ਰਿਹਾ ਵਾਂ, ਇਸ ਤਰ੍ਹਾਂ 1 ਸਾਲ ਚੱਲ ਕੇ ਦੇਖੋ। ਤੁਸੀਂ ਦੋਸਤੋ ਅਗਰ ਮੇਰੇ ਕਹਿਣ 'ਤੇ ਚੱਲਦੇ ਰਹੋਗੇ ਜਾਂ ਤੁਸੀਂ ਅਮਲ ਕਰੋਗੇ, ਤਾਂ ਮੈਂ ਤੁਹਾਨੂੰ ਦਾਅਵੇ ਨਾ ਕਰ, ਮੈਂ ਇਨਸ਼ਾਅੱਲਾ ਇਨਸ਼ਾਅੱਲਾ ਤੁਹਾਨੂੰ ਵਾਅਦਾ ਕਰਦਾ, ਤੁਹਾਨੂੰ ਜੋਬ ਵੀ ਲੱਭ ਕੇ ਦਊਂਗਾ, ਤਾਂ ਤੁਸੀਂ ਕਿਸੇ ਵੀ ਛੋਟੇ ਕੰਟਰੀ ਦੇ ਵਿੱਚ 3.5 ਲੱਖ ਤੀਕਰ ਤੁਸੀਂ ਈਜ਼ੀਲੀ ਕਮਾ ਸਕਦੇ ਹਾਂ, ਠੀਕ ਆ। ਅਤੇ ਚਲੋ ਜੀ, ਅਸੀਂ ਅੱਜ ਆਪਣੀ ਗੱਲ ਦਾ ਸਟਾਰਟ ਕਰਦੇ ਹਾਂ ਇਸ ਤਰ੍ਹਾਂ ਕਿ ਕਿਹੜੀ ਕਿਹੜੀ ਜੋਬ ਜਾਂ ਸਕਿੱਲ ਜਿਹੜੇ ਆ ਨਾ, ਉਹ ਉਸ ਕਿਹੜੇ ਕਿਹੜੇ ਸਕਿੱਲ ਜਿਹੜੇ ਆ ਪੂਰੀ ਵਰਲਡ ਦੇ ਵਿੱਚ ਰੈਕਗਨਾਈਜ਼ ਆ। ਤੁਸੀਂ ਜਿੱਥੇ ਮਰਜ਼ੀ ਹੋਵੋ ਤੁਸੀਂ ਉਹੀ ਜੋਬ ਕਰਨੀ ਆ, ਤੁਹਾਨੂੰ ਪੈਸੇ ਜਿਹੜੇ ਆ, ਅਗਰ ਚੰਗਾ ਕੰਟਰੀ ਵੱਡਾ ਵਾ ਅਮੀਰ ਆ ਤੁਹਾਨੂੰ ਜ਼ਿਆਦਾ ਪੈਸੇ ਲੱਭਣਗੇ, ਛੋਟਾ ਕੰਟਰੀ ਆ ਤੁਹਾਨੂੰ ਪੈਸੇ ਉਤਨੇ ਨਹੀਂ ਲੱਭਣਗੇ, ਲੇਕਿਨ ਬਿਹਤਰੀਨ ਪੈਸੇ ਲੱਭਣਗੇ, ਪਾਕਿਸਤਾਨ ਇੰਡੀਆ ਨੂੰ ਜ਼ਿਆਦਾ ਲੱਭਣਗੇ। ਅੱਛਾ, ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਆ ਜਾਂਦਾ HTV, ਜਿਹੜੇ ਹੈਵੀ ਵਹੀਕਲ ਜਿੱਦਾਂ ਲੋਰੀ ਦੇ ਲਾਇਸੈਂਸ ਆ ਨਾ। ਅਗਰ ਤੁਹਾਨੂੰ ਡਰਾਈਵਿੰਗ ਦੇ ਵਿੱਚ ਇੰਟਰਸਟਡ ਹੋ, ਤੁਸੀਂ ਪਲੀਜ਼ ਇੱਕ ਸਭ ਤੋਂ ਪਹਿਲਾਂ 1 ਘੰਟਾ ਤੁਸੀਂ ਨਾ ਇੰਗਲਿਸ਼ ਜਿਹੜੀ ਆ ਕਾਰ ਬਹਿ ਕੇ ਆਪ ਪੜ੍ਹੋ, ਆਪਣੇ ਕਿਸੇ ਵੱਡੇ ਕੋਲ ਪੜ੍ਹੋ ਜਾਂ ਕਿਸੇ ਆਪਣਾ ਦੋਸਤ ਦੇ ਕੋਲੋਂ ਖਿਦਮਾਤ ਲਾਓ, 1 ਘੰਟਾ ਆਪਣੇ ਆਪ ਨੂੰ ਦੇਣਾ ਵਾ ਤੁਸੀਂ।
ਦੂਸਰਾ HTV ਦੇ ਉੱਤੇ ਫੋਕਸ ਕਰੋ, ਲੋਰੀ ਦੇ ਲਾਇਸੈਂਸ ਦੇ ਉੱਤੇ, ਠੀਕ ਆ। ਲੈਸਨਸ ਲਓ, 6 ਮਹੀਨੇ ਦੇ ਵਿੱਚ ਤੁਸੀਂ ਈਜ਼ੀਲੀ ਉਹਨੂੰ ਕਲੀਅਰ ਕਰ ਜਾਓਗੇ। ਜੋਬਾਂ ਤੁਹਾਨੂੰ ਮਿਡਲ ਈਸਟ ਦੇ ਵਿੱਚ ਸਟਾਰਟਿੰਗ ਦੇ ਵਿੱਚ 4,500, 4,000 ਦਰਮ ਦੇ ਵਿੱਚ, ਜਾਂ ਸਾਊਦੀ ਅਰੇਬੀਆ ਦੇ ਵਿੱਚ 4,500 ਰਿਆਲ ਦੇ ਵਿੱਚ ਸ਼ੁਰੂ ਹੁੰਦੀ ਆ ਉਹਦੀ। ਜਿਉਂ ਜਿਉਂ ਤੁਸੀਂ ਜਾਈ ਜਾਓਗੇ, ਮੈਂ ਤੁਹਾਨੂੰ ਦੱਸੂੰਗਾ ਮੈਂ ਕਿਉਂ ਇਹ ਗੱਲ ਕਹਿ ਰਿਹਾ। ਜਿਉਂ ਜਿਉਂ ਉੱਪਰ ਜਾਈ ਜਾਓਗੇ, ਤੁਹਾਡੇ ਮਤਲਬ 1 ਸਾਲ ਤੁਸੀਂ ਕੀਤਾ ਅਤੇ ਉਹ 5,000 ਜਾਂ 6,000 ਤੀਕਰ ਵੀ ਜਾ ਸਕਦੀ ਹੈ ਈਜ਼ੀ। ਦੂਸਰੀ, ਤੁਸੀਂ ਲਰਨ ਕਰੋ, ਅਗਰ ਕੋਈ ਬੰਦਾ ਇੰਟਰਸਟਡ ਆ, ਫੋਰਕਲਿਫਟ ਆਪਰੇਟਰ ਨਹੀਂ ਹੁੰਦੇ ਜਿਹੜੇ, ਫੋਰਕਲਿਫਟ ਹੁੰਦੇ ਆ ਆਪਰੇਟ ਕਰਨ ਵਾਲੇ, ਉਹ ਤੁਸੀਂ ਸਿੱਖੋ, ਲੈਸਨ ਲਵੋ ਉਹਦੇ। 1 ਮਾਹ ਦੇ ਵਿੱਚ ਤੁਸੀਂ ਬਿਲਕੁਲ ਉਹਨੂੰ ਆਪਰੇਟ ਕਰਨਾ ਸਮਝ ਜਾਓਗੇ, ਫਿਰ ਤੁਹਾਡਾ ਐਕਸਪੀਰੀਅੰਸ ਕਾਊਂਟ ਹੁੰਦਾ। 6 ਮਹੀਨੇ ਕਿਤੇ ਤੁਸੀਂ ਲਾ ਲਓ, ਈਜ਼ੀਲੀ ਜੋਬਾਂ ਤੁਹਾਨੂੰ ਲੱਭ ਜਾਣਗੀਆਂ ਮਿਡਲ ਈਸਟ ਦੇ ਵਿੱਚ। ਜਿਹੜੀ ਉਸ ਤੋਂ ਬਾਅਦ ਵਾਲੀ ਚੀਜ਼ ਆ ਵੀ ਆ ਕਰੇਨ ਆਪਰੇਟਰ, ਇਹ ਥੋੜ੍ਹਾ ਜਿਹਾ ਹਾਰਡ ਆ, ਲੇਕਿਨ ਅਗਰ ਬੰਦੇ ਨੇ ਏਮ ਬਣਾਇਆ ਹੋਵੇ ਨਾ, ਫੋਕਸ ਕੀਤਾ ਹੋਵੇ, ਉਹਦੇ ਲਈ ਕੋਈ ਚੀਜ਼ ਮੁਸ਼ਕਿਲ ਨਹੀਂ। ਤੁਸੀਂ ਇਹਨੂੰ ਕਰੋ, ਕਰੇਨ ਆਪਰੇਟਰ ਬਣੋ, ਤੁਸੀਂ 6 ਮਹੀਨੇ ਸਾਲ ਲਾਓ, ਐਕਸਪੀਰੀਅੰਸ ਲਓ ਜਿੰਨਾ ਲੈ ਹੁੰਦਾ ਵਾ, ਪਰ ਆਵਰ ਦੇ ਹਿਸਾਬ ਨਾਲ। ਮਿਡਲ ਈਸਟ ਦੇ ਵਿੱਚ ਮੈਂ ਰਿਹਾ, ਮਿਡਲ ਈਸਟ ਦੇ ਵਿੱਚ ਮੈਂ ਦੁਨੀਆ ਘੁੰਮੀ ਹਾਂ, ਮਿਡਲ ਈਸਟ ਹੀ ਬਣ ਕੇ ਤੁਹਾਨੂੰ ਪਰ ਆਵਰ ਦਿੰਦਾ ਪਿਆ ਵਾ ਇਹਦਾ ਰੇਟ। ਉਹਨਾਂ ਬੰਦਿਆਂ ਦੇ ਕੋਲ ਟਾਈਮ ਹੀ ਹੈ ਨਹੀਂ ਗਾ, 7,000 ਦਰਮ ਰਿਆਲ ਉਹ ਕਮਾ ਰਹੇ ਆ ਸਾਊਦੀ ਅਰੇਬੀਆ ਦੇ ਵਿੱਚ ਵੀ, UAE ਦੇ ਵਿੱਚ ਵੀ, ਮਤਲਬ 7,000 ਦਰਮ ਇਟਸ ਅ ਵੈਰੀ ਹੈਂਡਸਮ ਅਮਾਊਂਟ, ਠੀਕ ਆ। ਤੁਸੀਂ ਇਹ ਕਰੋ। ਮੈਂ ਮਿਡਲ ਈਸਟ ਮੈਂ ਕਿਉਂ ਕਹਿ ਰਿਹਾ ਹਾਂ, ਗੱਲ ਤਾਂ ਮੈਂ ਯੂਰਪ ਦੀ ਸ਼ੁਰੂ ਕੀਤੀ, ਥੋੜ੍ਹਾ ਜਿਹਾ ਜਜ਼ਬਾਤੀ ਗੱਲਾਂ ਦਾ ਕੋਈ ਫਾਇਦਾ ਨਹੀਂ, ਥੋੜ੍ਹਾ ਜਿਹਾ ਫੋਕਸ ਰੱਖੋ। ਮਿਡਲ ਈਸਟ ਤਾਂ ਮੈਂ ਇਸ ਕਰਕੇ ਕਹਿੰਦਾ ਪਿਆ ਕਿ ਤੁਹਾਡੀ ਐਜੂਕੇਸ਼ਨ ਅਗਰ ਥੋੜ੍ਹੀ ਆ, ਮਿਡਲ ਆ ਜਾਂ ਇਸ ਤੋਂ ਵੀ ਥੱਲੇ ਆ, ਜਾਂ ਮੈਟ੍ਰਿਕ ਆ, ਮਿਡਲ ਈਸਟ ਤਾਂ ਤੁਹਾਨੂੰ ਵੀਜ਼ਾ ਬਹੁਤ ਈਜ਼ੀ ਲੱਭ ਜਾਣਾ ਵਾ। 1 ਸਾਲ ਤੁਸੀਂ ਉੱਥੇ ਰਹਿ ਕੇ ਆਪਣੀ CV ਅਪਗ੍ਰੇਡ ਕਰੋ ਕਿ ਦੇਖੋ ਜੀ ਮੈਂ CV ਇੱਥੇ 1 ਸਾਲ ਤੋਂ ਐਜ਼ ਆ ਕਰੇਨ ਆਪਰੇਟਰ ਜਾਂ ਐਜ਼ ਆ ਲੋਰੀ ਡਰਾਈਵਰ ਮੈਂ ਜੋਬ ਕਰ ਰਿਹਾ ਹਾਂ, ਜਾਂ ਮੈਂ ਫੋਰਕਲਿਫਟ ਆਪਰੇਟਰ ਮੈਂ ਜੋਬ ਕਰ ਰਿਹਾ ਹਾਂ। ਤੁਹਾਨੂੰ ਅਲਬੈਨੀਆ, ਮਲਡੋਵਾ, ਬੋਸਨੀਆ, ਕੋਸੋਵੋ, ਸਰਬੀਆ, ਇਹ ਤੁਹਾਨੂੰ ਵੀਜ਼ੇ ਈਜ਼ੀ ਲੱਭ ਜਾਣੇ। ਅਗਰ ਤੁਹਾਨੂੰ ਇਹਨਾਂ ਕੰਟਰੀਆਂ ਦੇ ਵਿੱਚ ਵੀ ਕੋਈ ਬੰਦਾ ਜੋਬ ਆਫਰ ਦੇ ਦੇਵੇ, ਤਾਂ ਤੁਹਾਡੀ ਜਿਹੜੀ ਆ ਇਹ ਜੋਬ ਸਟਾਰਟ ਹੋਣੀ ਆ 3,500, 3,000 ਯੂਰੋਸ ਦੇ ਉੱਤੇ। ਮੈਂ ਸਟਾਰਟਿੰਗ ਦੇ ਵਿੱਚ ਇਤਨੀ ਤੁਹਾਡੀ ਤਨਖਾਹ ਸ਼ੁਰੂ ਹੋ ਜਾਣੀ ਹੈ। ਤੁਹਾਨੂੰ ਮਤਲਬ ਉਹਨਾਂ ਨੇ ਪਰਮਨੈਂਟ ਜੋਬ ਆਫਰ ਲੈਟਰ ਵੀ ਦੇ ਦੇਣਾ ਕਿ ਯਾਰ ਬੰਦਾ ਆਲਰੇਡੀ ਜੋਬ ਕਰ ਰਿਹਾ ਵਾ। ਤੁਹਾਨੂੰ ਉਹਨਾਂ ਨੇ ਇਸ ਵਜ੍ਹਾ ਤੋਂ ਜੋਬ ਨਹੀਂ ਦੇਣੀ ਕਿ ਤੁਸੀਂ ਜੀ ਆਪਣਾ ਪਾਕਿਸਤਾਨੀ ਹੋ ਜਾਂ ਇੰਡੀਅਨ ਹੋ, ਤੁਹਾਨੂੰ ਸਕਿੱਲ ਦੀ ਬਿਨਾ ਦੇ ਉੱਤੇ ਜੋਬ ਦਏਗਾ ਕਿ ਯਾਰ ਇਹ ਬੰਦਾ ਜੋਬ, ਇੱਕ ਸਕਿੱਲ ਆ ਇਹ ਨਾ, ਸਕਿੱਲ ਪਰਸਨ ਆ, ਇਸ ਕਰਕੇ ਤੁਹਾਨੂੰ ਜੋਬ ਦਏਗਾ। ਦੂਸਰਾ, ਤੁਹਾਡੇ ਕੋਲ ਬੈਂਕ ਬੈਲੈਂਸ ਬਣ ਜਾਏਗਾ ਅੱਛਾ ਖਾਸਾ। ਤੀਸਰੀ ਚੀਜ਼ ਇਹ ਆ ਕਿ ਤੁਸੀਂ ਅਗਰ ਤੁਸੀਂ ਯੂਰਪ ਦੇ ਵਿੱਚ ਕਿੱਥੇ ਵੀ, ਜਰਮਨੀ, ਫਰਾਂਸ, ਹਾਲੈਂਡ, ਸਵੀਡਨ, ਨੋਰਵੇ, ਡੈਨਮਾਰਕ, ਕਿੱਥੇ ਵੀ ਤੁਸੀਂ ਫੈਂਗਨ ਪੂਰੇ ਦੇ ਵਿੱਚ ਤੁਸੀਂ ਚਲ ਜਾਂਦੇ ਆ, ਈਜ਼ੀਲੀ ਤੁਹਾਨੂੰ ਜੋਬ ਲੱਭ ਜਾਏਗੀ। ਇਹ ਮੇਰਾ ਤੁਹਾਡੇ ਨਾਲ ਵਾਅਦਾ ਰਿਹਾ ਵਾ, ਅਤੇ ਤੁਸੀਂ ਇਹਦੇ ਉੱਤੇ ਫੋਕਸ ਕਰਨਾ ਵਾ, ਠੀਕ ਆ। ਵਾਅਦਾ ਕਰੋ ਕਿ ਅੱਜ ਤੋਂ ਤੁਸੀਂ ਬਿਲਕੁਲ ਕੱਲ੍ਹ ਤੋਂ ਹੀ, ਜਦੋਂ ਮੇਰੀ ਵੀਡੀਓ ਅਪਲੋਡ ਹੋਵੇ, ਜਿਹੜੇ ਬੰਦੇ ਸੰਸੀਅਰ ਆਪਣੀ ਲਾਈਫ ਦੇ ਨਾਲ, ਉਹ ਤੁਸੀਂ ਸਕਿੱਲ ਤੁਸੀਂ ਆਪਣੇ ਲਓ। ਆ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਮੈਂ ਪੂਰੀ ਵਰਲਡ ਦੇ ਵਿੱਚ ਇਹ ਮੰਨੀਆਂ ਜਾਂਦੀਆਂ, ਇਹ ਤਨਖਾਹਾਂ ਬੜੀਆਂ ਠੀਕ ਆ। ਆਣ ਕੇ ਇੱਥੇ ਯੂਰਪ ਤੁਸੀਂ ਚਲੋ ਪਹੁੰਚ ਵੀ ਗਏ, ਲੈਟ ਸਪੋਜ਼ ਤੁਸੀਂ ਪਹੁੰਚ ਜਾਂਦੇ ਆ, ਔਡ ਜੋਬਾਂ ਕਰਨੀਆਂ, ਕੋਈ ਪੈਸਾ ਨਹੀਂ ਹੁੰਦਾ, ਬੇਸਿਕ ਪੇ ਲੱਭਣੀ ਤੁਹਾਨੂੰ,
ਇੱਥੇ ਹੈਂਡ ਟੂ ਮਾਊਥ ਰਹਿਣਾ, ਘਰਦਿਆਂ ਨੇ ਕਹਿਣਾ ਮੁੰਡਾ ਯੂਰਪ ਗਿਆ ਵਾ, ਮੁੰਡੇ ਨੇ ਕਹਿਣਾ ਯਾਰ ਮੈਂ ਤੁਹਾਨੂੰ ਚੰਗਾ ਤਾਂ ਮੈਂ ਆਪਣੇ ਮੁਲਕ 'ਚ ਹੀ ਠੀਕ ਸੀਗਾ। ਮੇਰੀ ਗੱਲਾਂ ਨੂੰ ਬਿਲਕੁਲ ਤੁਸੀਂ ਲਾਈਟ ਲੈਣਾ ਵਾ। ਅਗਰ ਤਾਂ ਮੇਰੀ ਕੋਈ ਗੱਲ ਤੁਹਾਨੂੰ ਪਸੰਦ ਆਵੇ ਜਾਂ ਵੀਡੀਓ ਪਸੰਦ ਆਵੇ ਤਾਂ ਪਲੀਜ਼ ਇਹਨੂੰ ਲਾਈਕ ਕਰ ਦੇਣਾ, ਅਗਰ ਨਹੀਂ ਪਸੰਦ ਆਈ ਤਾਂ ਮੈਨੂੰ ਮਾਫ਼ੀ ਦੇ ਦੇਣਾ, ਠੀਕ ਆ। ਅਗਲੀ ਵੀਡੀਓ ਤੱਕ ਇਜਾਜ਼ਤ ਦਿਓ, ਮੁਲਾਕਾਤ ਹੁੰਦੀ ਹੈ ਇਨਸ਼ਾਅੱਲਾ ਨੈਕਸਟ ਵੀਡੀਓ ਦੇ ਵਿੱਚ। ਗੁੱਡ ਲੱਕ।